ਜਿੱਦਾਂ ਹੁੰਦੀ ਨਹੀਂ ਫਿੰਗਰ ਚਿਪਸ ਆਹੋ ਇਹ ਉਦਾਂ ਵਾ ਫਿੰਗਰ ਗਾਜਰ ਮੈਂ ਕਹਿੰਦੀ ਆ ਇਹਨੂੰ ਮੈਂ ਪਕਾਵਾਂ ਇੰਜ ਕੋਫਤੇ ਕੋਫਤੇ ਲੱਗਣ ਨਾ ਤੇ ਤੂੰ ਆ ਲੈ ਜਾ ਨਾ ਇੱਥੋਂ ਲਿਜਾ ਕੇ ਘਰ ਜਾ ਕੇ ਇਹਨਾਂ ਨੂੰ ਮੂੰਹ ਪਾਲਿਸ਼ ਲਾ ਲਈ ਸੋਹਣੇ ਲੱਗਣ ਲੱਗ ਜੂਗੇ ਵੀਰੇ ਰੁਕ ਜਾ ਵੀਰੇ ਰਹਿਣ ਦੇ ਕਰੇਲੇ ਵੀ ਵੀਰੇ ਇੱਧਰ ਆ ਜਾ ਪਿੰਡੀਆਂ ਦੇ ਆਪਾਂ ਇਹਦੇ ਨਾਲ ਜ਼ਰਾ ਮੇਰੀ ਗੱਲ ਕਰਾਈ ਬੀਜ਼ੀ ਆ ਬੀਜ਼ੀ ਤੇਰੇ ਨਾਲ ਹੀ ਆ ਮੈਂ ਕੀ ਇਹ ਪਾਗਲ ਹਾਂ ਤੂੰ ਮੈਨੂੰ ਸਮਝਿਆ ਹੋਇਆ ਐ ਮਿੰਟ ਕੁ ਬਾਅਦ ਕਦੀ ਕੱਦੂ ਕਰਦੇ ਕਦੀ ਟਿੰਡੇ ਕਰਦੇ ਕਦੀ ਕਰੇਲੇ ਕਰਦੇ ਉਹ ਇੱਕ ਵਾਰੀ ਉਹਦੇ ਕੋਲ ਪੁੱਛ ਲੈ ਉਹਨੂੰ ਚਾਹੀਦਾ ਕੀ ਆ ਤੇ ਕੌਣ ਆ ਬੰਦਾ ਕਿਹਦੇ ਨਾਲ ਵਿਆਹ ਕਰਾ ਬੈਠੀ ਆ ਵੀਰੇ ਉਹ ਕਹਿੰਦੇ ਇਹਨਾਂ ਦੇ ਮੂੰਹ ਵਿੰਗੇ ਜਿੱਬੇ ਆ ਆ ਰਹਿਣ ਦੇ ਕਿਤੇ ਪਾਗਲ ਖਾਨੇ ਤਾਂ ਨਹੀਂ ਕਾਲ ਮਲਾ ਬੈਠੇ ਓਏ ਆ ਦੇ ਇਹਦੇ ਤੇ ਤਾਂ ਗਾਣਾ ਬਣਿਆ ਵਾ ਕੀਰਾ ਇੱਕ ਫੁੱਲ ਗੋਭੀ ਇਹਦਾ ਮਾਰ ਕੇ ਜਗਾ ਸੋਣੀ ਐ ਐਚ ਤੂੰ ਸੋਣੀ ਜੀ ਦੀ ਦਿੰਦਾ ਉਹ ਸੋਣੀ ਜੀ ਕੀ ਮਸਲਾ ਮੇਕਅਪ ਕਰਦਾ ਮੈਂ ਇਹਦਾ ਮੈਂ ਉਹ ਵੀਰੇ ਗੋਭੀ ਚੋਂ ਸੁੰਡੀ ਨਿਕਲਦੀ ਆ ਹੋਰ ਕਦੀ ਦੇਖਿਆ ਵਾ ਗੋਭੀ ਚੋਂ ਡਰੈਗਨ ਨਿਕਲਿਆ ਵਾ ਉਹਨਾਂ ਵਾਸਤੇ ਸੋਹਣੇ ਪਕਾ ਜਾ ਕੇ ਆਲੂ ਬਾਂਦਰ ਹੈ ਆਲੂ ਰਿਛ ਕੁੱਤਾ ਫਰਾਈ ਕਰ ਲੈ ਸਬਜੀ ਕੋਈ ਸਮਝ ਨਹੀਂ ਆਉਣ ਦੀ ਤੁਹਾਡੇ ਪਤਾ ਨਹੀਂ ਮੈਂ ਪਾਗਲ ਵਾਂ ਸੁਨੀਲ ਜੀ ਆ ਬਤਾਉਂ ਵੀ ਕਰ ਰਹੀ ਬਤਾਉਂ ਵੀ ਕਰ ਦਿੰਨੇ ਆ ਬਾਜੀ ਤੇਰੀ ਤੇ ਆਪਣੀ ਸ਼ਕਲ ਬਤਾਉਂ ਵਰਗੀ ਆ ਤੈਨੂੰ ਵੈਸੇ ਇਹਦੀ ਕਾਦੀ ਲੋੜ ਪੈ ਗਈ ਆ ਸ਼ਲਜਮ ਕਰ ਦੇ ਕਿਲੋ ਮੈਨੂੰ ਆ ਨਾ ਸ਼ਿਮਲਾ ਮਿਰਚੀ ਕਰ ਦੇ ਕਿਲੋ ਵੀਰੇ ਕਰੇਲੇ ਵੀ ਕਰ ਦੇ ਕਿਲੋ ਸੁਨੀਲ ਜੀ ਆ ਬਤਾਉਂ ਵੀ ਕਰ ਰਹੀ ਹਾਂ ਹਾਂ ਗਾਜਰਾ ਵੀ ਕਰ ਵੀਰੇ ਟਿੰਡੇ ਟਿੰਡੇ ਕਰ ਤੂੰ ਆ ਰਹਿਣ ਦੇ ਸਾਰੀਆਂ ਸਬਜ਼ੀਆਂ ਤੂੰ ਇੰਜ ਕਰ ਮੈਨੂੰ ਕਿਲੋ ਖਮੂਲੀਆਂ ਹੀ ਦੇ ਦੇ ਬੀਬੀ ਤੂੰ ਇੰਜ ਕਰ ਆਪਣੇ ਮਹਿਮਾਨ ਨੂੰ ਤੇ ਬੰਦੇ ਨੂੰ ਉੱਥੇ ਲੈ ਜਾ ਸਲਾਨੀ ਵਾਲਿਆਂ ਕੋਲੋਂ ਤੁਸੀਂ ਕੁਝ ਨਹੀਂ ਲੈਣਾ ਹੈਗਾ ਦਿਮਾਗ ਖਰਾਬ ਕਰਨ ਆ ਗਏ ਮੂਲੀਆਂ ਦੇ ਦੇ ਜਾਂ ਕੰਮ ਕਰ ਜਾ ਕੇ ਤੇਰਾ ਤਾਂ ਆਪਣਾ ਕੈਸਾ ਤੋਰੀ ਵਰਗਾ ਮੂੰਹ ਐ ਨੂੰ ਆ ਗਈ ਆ ਮੂੰਹ ਚੱਕ ਕੇ ਚਾਚਾ ਪਾਗਲ ਹੋ ਗਿਆ ਪਾਗਲ ਹੋ ਗਿਆ ਪਾਗਲ ਤੂੰ ਹੋ ਗਈ ਆ ਤੈਨੂੰ ਤਮੀਜ਼ ਨਹੀਂ ਐ ਘੰਟਾ ਹੋ ਗਿਆ ਤੂੰ ਮੈਨੂੰ ਖਪਾਲ ਨਹੀਂ ਆ 1 ਰੁਪਏ ਦਾ ਤੂੰ ਮੈਨੂੰ ਕੰਮ ਨਹੀਂ ਦਿੱਤਾ ਲੜਾਈ ਨਹੀਂ ਜਾ ਉੱਥੇ ਜਾ ਜਿਹੜੀ ਤੇਰੀ ਔਕਾਤ ਆ ਉੱਥੇ ਜਾ ਕੇ ਦਾਦਾ ਸਾਹਿਬ ਜਾ ਕੇ ਖਾ ਦਾਲ ਰੋਟੀ ਸਬਜ਼ੀ ਸੋਚਦੀ ਆ ਕਿਹੜੀ ਲਵਾਂ ਔਖਾ ਜਿਹਾ ਕੰਮ ਹੀ ਲੱਗਦਾ ਵਾ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਵੀਰੇ ਕਿਹੜੀ ਕਿਹੜੀ ਸਬਜ਼ੀ ਆ ਵੀਰੇ ਕਿਹੜੀ ਕਿਹੜੀ ਨਹੀਂ ਹੁੰਦਾ ਕਿਹੜੀ ਕਿਹੜੀ ਹੁੰਦਾ ਆ ਸਾਰੀਆਂ ਤੁਹਾਡੇ ਸਾਹਮਣੇ ਪਈਆਂ ਸਬਜ਼ੀਆਂ ਜਿਹੜੀ ਮਰਜ਼ੀ ਦੇਖ ਲਵੋ ਹਾਏ ਰੱਬਾ ਇਹੀ ਸੋਚਦੀ ਆ ਕੀ ਲੈ ਕੇ ਜਾਵਾਂ ਕੀ ਲੈ ਕੇ ਜਾਵਾਂ ਆਲੂ ਲੈ ਲੈ ਟਿੰਡੇ ਲੈ ਲੈ ਮਟਰ ਲੈ ਲੈ ਗੋਭੀ ਲੈ ਲੈ ਸ਼ਲਜਮ ਲੈ ਲੈ ਅਦਰਕ ਲੈ ਲੈ ਪਾਲਕ ਲੈ ਲੈ ਘੀਆ ਲੈ ਲੈ ਤੋਰੀ ਲੈ ਲੈ ਕੱਦੂ ਲੈ ਲੈ ਤੂੰ ਆਪਣਾ ਰੈਪ ਸ਼ੁਰੂ ਕਰ ਦਿੱਤਾ ਮਰੇ ਸਬਜ਼ੀ ਲੈਣ ਆਈ ਆ ਮੈਂ ਤੂੰ ਆਪੀ ਤੇ ਕਿਹਾ ਨਾ ਸਮਝ ਨਹੀਂ ਲੱਗਣ ਦਈ ਆ ਤੇਰੇ ਸਾਹਮਣੇ ਹੀ ਆ ਆ ਮੈਂ ਤੈਨੂੰ ਨਾ ਦੱਸੇ ਆ ਸਬਜ਼ੀਆਂ ਦੇ ਤੂੰ ਤੇ ਇੰਜ ਮੈਂ ਆਡੀਸ਼ਨ ਕਰਨ ਆਈ ਆ ਤੇਰਾ ਆਡੀਸ਼ਨ ਕਾਦਾ ਕਰਨ ਆਈ ਆ ਚਲੋ ਦੇਖ ਲਓ ਜਿਹੜੀ ਸ਼ੈਲ ਜਾਣੀਆਂ ਨੇ ਵੀਰੇ ਮੈਨੂੰ ਇੱਕ ਗੱਲ ਤੇ ਦੱਸ ਹਾਂਜੀ ਯੂਕੇ ਤੋਂ ਆਣੇ ਮਹਿਮਾਨ ਹੈ ਮੈਂ ਚਾਹੁੰਦੀ ਆ ਕੁਝ ਸਪੈਸ਼ਲ ਜਿਹਾ ਬਣਾ ਦਵਾਂ ਅੱਜ ਮੈਂ ਸਪੈਸ਼ਲ ਜਿਹਾ ਸਾਰਾ ਮਾਸ਼ਾਅੱਲਾ ਸਪੈਸ਼ਲ ਹੀ ਆ ਇਹ ਅੱਲਾ ਦੀ ਬਣਾਈਆਂ ਹੋਈਆਂ ਸਬਜ਼ੀਆਂ ਵਾ ਤੇ ਦੇਖ ਲਓ ਉਹ ਸਾਰੀਆਂ ਸਪੈਸ਼ਲ ਆ ਵੈਸੇ ਯੂਕੇ ਵਾਲੇ ਖਾਂਦੇ ਨਹੀਂ ਸਬਜ਼ੀਆਂ ਮੈਨੂੰ ਗੱਲ ਕੋਈ ਸਮਝ ਚ ਨਹੀਂ ਆਈ ਐਡੀ ਦੂਰੋਂ ਆਣਾ ਵੀ ਆ ਤੇ ਫੇਰ ਆ ਕੇ ਉਹਨਾਂ ਨੇ ਆ ਟਿੰਡੇ ਕੱਦੂ ਤੋਰੀਆਂ ਹੀ ਖਾਣੀਆਂ ਵਾ ਤੇ ਇਹ ਕਿਹੜੀ ਗੱਲ ਹੋਈ ਵੀਰੇ ਵੈਜੀਟੇਰੀਅਨ ਆਣਾ ਉਹਨਾਂ ਨੇ ਸਪੈਸ਼ਲ ਕਿਹਾ ਸਬਜ਼ੀ ਖਾਣੀ ਆ ਸੀ ਵੀਰੇ ਉਹ ਆ ਕਿੱਥੋਂ ਰਹੇ ਆ ਯੂਕੇ ਚੋਂ ਯੂਕੇ ਵਾਲੇ ਤਾਂ ਸਬਜ਼ੀਆਂ ਖਾਂਦੇ ਹੀ ਨਹੀਂ ਤੁਸੀਂ ਐ ਕਰੋ ਆਲੂ ਬਿੱਲੀਆਂ ਪਕਾ ਲਓ ਉਹਨਾਂ ਵਾਸਤੇ ਆਲੂ ਬਿੱਲੀਆਂ ਕੌਣ ਪਕਾਉਂਦਾ ਵਾ ਵੇ ਬੰਦਾ ਤਾਂ ਕੋਈ ਨਹੀਂ ਪਰ ਉਹ ਜਿੱਥੋਂ ਆ ਰਹੇ ਉੱਥੇ ਇਹੀ ਕੁਛ ਹੀ ਚੱਲਦਾ ਵਾ ਸੋਣੀਏ ਪਕਾਵਾਂ ਪਰ ਸਮਝ ਨਹੀਂ ਆਉਂਦੇ ਕੀ ਪਕਾਵਾਂ ਮੇਰੀ ਗੱਲ ਸੁਣੋ ਜਿੱਡੀ ਦੂਰੋਂ ਤੁਹਾਡੇ ਪਰੌਣੇ ਆਉਂਦੇ ਆ ਨਾ ਤੁਸੀਂ ਕੋਈ ਬੱਕਰਾ ਲੈ ਕੇ ਜਾਓ ਕੋਈ ਕੱਟਾ ਲੈ ਕੇ ਜਾਓ ਕੋਈ ਮੱਛੀ ਲੈ ਕੇ ਜਾਓ ਤੁਸੀਂ ਇਹ ਕਿਹੜੇ ਪਾਸੇ ਆ ਗਏ ਹੋ ਵੇਖ ਤੈਨੂੰ ਪਤਾ ਨਹੀਂ ਕਿੰਨੀ ਮਹਿੰਗੀ ਆਈ ਹੋਈ ਹੋਈ ਆ ਹਰ ਸ਼ੈ ਨੂੰ ਅੱਗ ਲੱਗੀ ਗੋਸ਼ਤ ਨੂੰ ਤੇ ਇੰਜ ਅੱਗ ਲੱਗੀ ਹੋਈ ਆ ਅੱਗ ਤੇ ਤੁਹਾਡੀ ਗੱਲ ਸਹੀ ਆ ਲੱਗੀ ਆ ਪਰ ਜਿਨ੍ਹਾਂ ਕੋਲ ਪੈਸੇ ਆ ਉਹ ਬੁਝਾ ਵੀ ਲੈਂਦੇ ਆ ਤੂੰ ਮੈਨੂੰ ਸਬਜ਼ੀ ਦੇ ਮਸ਼ਵਰੇ ਨਾ ਦੇ ਐਡਾ ਤੂੰ ਮੇਰਾ ਮਾਮਾ ਸੋਹਰਾ ਵੀਰੇ ਲੈ ਲੈ ਜਿਹੜੀ ਸਬਜ਼ੀ ਫਿਰ ਲੈਣੀ ਹੈ ਦੇਖ ਲੈ ਮੈਂ ਤੇ ਤੈਨੂੰ ਅੱਛੇ ਵਾਸਤੇ ਹੀ ਕਿਹਾ ਵਾ ਵੀ ਉਹ ਬਾਹਰੋਂ ਆਣ ਦੇ ਕਿੰਨੀ ਦੇਰ ਲਾ ਕੇ ਆ ਰਹੇ ਬਾਹਰੋਂ ਉਹ 17 ਸਾਲ ਬਾਅਦ ਆਂਦੇ ਤੇ 17 ਸਾਲ ਬਾਅਦ ਵੀ ਉਹਨਾਂ ਨੂੰ ਤੋਰੀਆਂ ਹੀ ਖਵਾਉਣੀਆਂ ਵਾ ਚੱਲ ਪਿੰਗੜ ਖਵਾ ਦਿੰਦੇ ਆ ਵਾਹ ਵਾਹ ਆ ਕੀਤੀ ਨਾ ਗੱਲ ਕਿਤੇ ਵੱਡੇ ਖਾਨਦਾਨ ਦੀ ਲੱਗੀ ਆ ਰਿਚ ਫੈਮਿਲੀ ਦੀ ਕਿਤੇ ਰਈਸ ਹੀ ਲੱਗ ਰਹੇ ਹੋ ਜਿਹੜੇ ਬਤਾਉਂ ਖਵਾ ਰਹੇ ਉਹਨਾਂ ਨੂੰ ਕਿੰਨੇ ਰੁਪਏ ਕਿਲੋ ਆ ਵੀਰੇ ਇਹ ਵੀਰੇ 150 ਰੁਪਏ ਕਿਲੋ ਕਿੰਨੇ ਕਰ ਦਵਾਂ ਗੱਲ ਸੁਣ ਲੈ ਤੇ ਜੇ ਇੰਜ ਦੇ ਸੜੇ ਸੜੇ ਲਈਏ ਫੇਰ ਹੈ
रात हो जाएगी। चलो 140 रुपये दे दियो, किन्ने कर दवा? मैं कहती हां रुक जा जरा, हट जा, बार बार फोन ही करी जांदे तेरे भाण। मैं कहती इन्ना कोई ना पूछ लवा मैं। चलो उन्हें को पूछ लो। यूके तो मेहमान आ रहे हैं, गल सुन, बड़ा ऐ सोची बंदा पै जांदा कि की पकाइए, है ना? ले वाकई? आहो सच्ची? हां चल पूछ ले, फिर फोन करके पूछ ले। वे यार टिंडे कैन जुआ ए टिंडे ए अजी अपना 80 रुपए किलो नी सोने जेणी हैगे। सोने जे की मसलन तू फोटो खिचणियां मैं इनां दीयां? नहीं मैं कहती हाँ सोने लगन लग जू। ला ते मैं लेंदी पर ना की उच बो आनी आ। ते अगे केड़ा बाहर आलियां दे विचों खुशबू आउंदी आ? वे तू नहीं मैनू कुछ भी दसना। आ ले लो अपना भिंडियां ले लो। तेरे पाइन को पुछदी आ। चलो पाइन को पुछ लो। हेलो हां जी मैं थानू ये पुछण वास्ते फोन कीता वा कि पकाइए की, मेनू ते जम्मा ही समझ नहीं आंदी। ठीक नहीं लेंदे तुसी की पकाना? पता नहीं केदे कोलों जाके सौदा चक लेंदे। अच्छा गोंगलू ले ला मैं? ठीक आ वीरे 3 किलो कर दे गोंगलू। गोंगलू तां ते पता मीठे मीठे पकदे आ हणा। अच्छा फिर दसो मेनू की करना वीरे। एक मिनट रुक जा रुक जा। हां रुक जा गोंगलू रहन दे, ए थोड़े ना मीठे मीठे पक दे तेरे भाण कहंदे। अच्छा गोंगलू नहीं फिर होर दसो की लवा? की आ कद्दू? अच्छा सही रहेगा। आ वीरे की आ कद्दू कर दे। किन्ने कर दे? ए कर दे तू 2 किलो कर दे की आ कद्दू। 2 किलो की आ आला दाने भी चंगे पाते हैं तेनू वीरे, पकाएंगे याद ही करेंगी। मतलब मैं सोने नहीं बनांदी की आ कद्दू एडे स्वाद दे हुंदे? वीरे रुक जा की गल होई? तेरे भाण कहंदे तेरे हाथ दे स्वाद दे नहीं बनदे की आ कद्दू। ते फिर हुण मैं ताडे वरगे करेले भी आ ओ लै लैंदी आ हणा, करेले सोने पकांदी आ मैं वीरे, करेले ही कर दे तू। चलो करेले कर दने आ, एडी केड़ी गल है, 4 किलो करी इन्ने क बन जांदे। चलो तुसी भर के पकाउणे आ के कट के पकाउणे आ? करेले काम शुरू कर लिया कोई एक बारी ओनु पूछ ले भी ओनु चाहिदा की आ। दस दे पे आ सबर कर। हां तुसी की कहंदे आ गाजरा भी सोणियां आ? गाजरा नु की सोकड़ा पिया हैं? सोकड़ा पिया वा वीरे? ए गाजरा जेडियां वा दूजियां वा, इन्हां दी होर नसल आ, ओ जिद्दां हुंदी नी फिंगर चिप्स। आहो ए ओद्दां वा फिंगर गाजर। किन्नी करदी ए गल सुन, सबर कर, इन्ना ते 2-4 बताऊं लटका, इन्ना दा सोकड़ा जाए। तेनु पीरा ने किया वा? नहीं हां एंज ही कर दे आ साडे ते पिंडा। चलो मैं मोटिया मोटिया पा दन्ना वा। किन्नी करनी? किन्नी है? मैं कहंदी आ 2 किलो कर दे। 2 किलो कर दे? ओए पुछ हाथ ना मार। हैं गाजरा भी मीठियां वा? फिर हुण तुसी मेनू दसो मैं की पका लवा? हैं हर शहर दे विच नुक्स कड्डी जांदे, भिंडियां पका ला। हां हां मैनूं पता सी तुहाडी नीयत इत्थे ही आ के रुकणी भिंडियां ते। वीरे इधर आ जा भिंडियां दे कर। आपां इहदे नाल जरा मेरी गल कराई। बिजी आ? बिजी तेरे नाल ही आ। मैं की पागल वां तू मैनूं समझिया होया? ए मिंट के बाद कदी कद्दू कर दे, कदी टींडे कर दे, कदी करेले कर दे। ओ एक बारी ओ को पुछ ले ओनू चाहिदा की आ। मेनू लगदा फाइनल हो जानियां भिंडियां ही। फाइनल हो जानियां? चंगा तू सुबह सुबह आ गई आ। ओ वीरे एक बारी ओनू पुछ ले ओनू चाहिदा की आ, ओने ता दिमाग खराब कर दित्ता वा साडा। ए मिंट के बाद सब्जी चेंज, मिंट के बाद ए कौन आ बंदा, किहदे नाल विआह करा बैठी आ? ए गल सुन ना, मेहमान वावा आणे ना, वावा सब्जी लैणी आ ना, सोच के पकाणी पैणी। दसो फिर वीरे, मेरे भैण मेरी दस की लैणा? वावा ही सब्जी लैणी है ना, दसो की करदी है?
ਭਿੰਡੀਆਂ ਤੇ ਨਹੀਂ ਮਲਣਾ ਤੁਸੀਂ। ਅੱਛਾ ਗੋਭੀ ਲੈ ਲਓ, ਆਹ ਸ਼ਿਮਲਾ ਮਿਰਚਾਂ ਬਹੁਤ ਸੋਹਣੀਆਂ ਪੱਕਦੀਆਂ, ਬਾਹਰਲੇ ਖਾਂਦੇ ਵੀ ਬੜੇ ਸੋਹਣੇ ਆ। ਚੱਲ ਆ ਤੂੰ ਕਰ ਦੇ। ਚੱਲ ਇਹ ਕਰ ਦਿੰਦੇ ਹਾਂ। ਆ ਸਹੀ ਆ। ਚੱਲ ਕਿੰਨੀਆਂ ਕਰਦਾ? ਇਹ ਕਰ ਦੇ ਤੂੰ 2.5 ਕਿਲੋ। 2.5 ਕਰ ਦੇ ਹਾਂ। ਸ਼ਿਮਲਾ ਮਿਰਚਾਂ ਕੀ ਤੁਹਾਨੂੰ ਨੈ ਨਕਸ਼ ਨਹੀਂ ਔਰ ਪਸੰਦ ਆਂਦੇ? ਵਿੰਗੀਆਂ ਚਿੱਬੀਆਂ ਹੁੰਦੀਆਂ ਮੂੰਹ ਤੋਂ। ਹੁਣ ਦੱਸੋ ਮੈਂ ਕੀ ਕਰਾਂ? ਸਰਜਰੀ ਕਰਾ ਲਵਾਂ ਸ਼ਿਮਲਾ ਮਿਰਚਾਂ ਦੀ? ਲੈ ਵੀਰੇ ਉਹ ਕਹਿੰਦੇ ਇਹਨਾਂ ਦੇ ਮੂੰਹ ਵਿੰਗੇ ਚਿੱਬੇ ਆ, ਆ ਰਹਿਣ ਦੇ। ਕਿਤੇ ਪਾਗਲ ਖਾਨੇ ਤਾਂ ਨਹੀਂ ਕਾਲ ਮਲਾ ਬੈਠੇ? ਵੀਰੇ ਸਬਜ਼ੀ ਵਾਵਾ ਲੈਣੀ ਆ ਨਾ, ਸਮਝਿਆ ਕਰ। ਵਾਵਾ ਕੋਈ ਇੱਕ ਕਰ ਵੀ ਤੇ ਸਹੀ, ਮੈਨੂੰ ਵੀ ਪੂਰਾ ਹੌਸਲਾ ਹੋਵੇ ਵੀ ਮੇਰੀ ਇੱਕ ਦੀ ਐਟਮ ਘਟੀ ਵੀ ਆ। ਤੂੰ ਆ ਗੋਭੀ ਕਰ ਲੈ, ਗੋਭੀ ਤੇ ਤੇ ਕੋਈ ਵੀ ਨਹੀਂ ਇਨਕਾਰ ਕਰਦਾ। ਕਿੰਨੀ ਕਰਨੀ? ਮੈਂ ਕਹਿੰਦੀ ਆ ਹਾਂ 2 ਕੁ ਫੁੱਲ ਕਰ ਦੇ ਵੱਡੇ ਵੱਡੇ ਹਨਾ। ਆ ਦੇਖ ਵੀਰੇ ਸੋਹਣੀ ਜਿਹੀ ਨਹੀਂ ਸੀ? ਆ ਦੇ, ਇਹਦੇ ਤੇ ਤਾਂ ਗਾਣਾ ਬਣਿਆ ਵਾ। ਕੀਰਾ ਇੱਕ ਫੁੱਲ ਗੋਭੀ ਇਹਦਾ ਮਾਰ ਕੇ ਜਗਾ ਸੋਹਣੀ ਆ। ਐ ਅੱਛਾ ਹਾਂ ਗੋਭੀ ਕਰਦੀ ਐ ਵੇ 2 ਕਿਲੋ। ਤੁਸੀਂ ਨਹੀਂ ਅੱਜ ਦਾ ਕਾ ਮੈਨੂੰ ਗਾਣਾ ਸੁਣਾਇਆ? ਉਂਝ ਕਹਿੰਦੇ ਮੈਂ ਤੁਹਾਨੂੰ ਬਹੁਤ ਵਧੀਆ ਲੱਗਦੀ, ਚੰਗੀ ਲੱਗਦੀ ਹੈ। ਹਾਂ ਹਾਂ ਤੂੰ ਕਰ। ਮੈਂ ਕਿਹਾ ਸ਼ਾਇਦ ਨਹੀਂ ਨਹੀਂ ਕਰ। ਕਰਤੀ ਐ ਮੈਂ ਤੇ ਕਰਤੀ, ਹੁਣ ਉਧਰੋਂ ਹੋਣੀ ਆ। ਤੂੰ ਸੋਹਣੀ ਜਿਹੀ ਦੀ ਦਿੰਦਾ ਕੋ? ਸੋਹਣੀ ਜਿਹੀ ਕੀ ਮਤਲਬ? ਮੇਕਅਪ ਕਰਦਾ ਮੈਂ ਇਹਦਾ? ਮੈਂ ਨਹੀਂ ਮਤਲਬ ਚੱਜ ਦੀ ਲੱਗੇ। ਚੱਜ ਦੀ ਕਿਦਾਂ ਦੀ ਲੱਗੇ ਵੀ? ਥੱਲੇ ਫਰਾਕ ਪਵਾ ਦਵਾਂ ਇਹਨੂੰ? ਮੈਂ ਮਾਡਲਿੰਗ ਕਰਾਣੀ ਆ। ਤੇ ਤੂੰ ਵੀ ਤੇ ਇਹੀ ਗੱਲ ਕਰਨ ਵਾਲੀ ਕਰਨਾ ਵੀ ਤੂੰ ਕਹਿ ਨਹੀਂ ਸੋਹਣੀ ਜੀ, ਪਤਾ ਨਹੀਂ ਕਿਹੋ ਜੀ ਸੋਹਣੀ ਤੈਨੂੰ ਚਾਹੀਦੀ ਆ। 2 ਕਿਲੋ ਕਰਤੀ ਆ। ਗੋਭੀ ਨਹੀਂ ਸੁੰਡੀਆਂ ਲਈ ਅੱਜ ਕੱਲ। ਹਾਏ ਰੱਬਾ। ਅੱਛਾ ਫਿਰ ਮੈਂ ਹੋਰ ਕੁਛ ਪਕਾ ਲੈਣੀ ਆ। ਆਹੋ ਸਹੀ ਕਹਿੰਦੇ ਆ, ਮੌਸਮ ਵੀ ਐਂਦਾ ਸੁੰਡੀਆਂ ਵਾਲੀ। ਉਹ ਵੀਰੇ ਗੋਭੀ ਚੋਂ ਸੁੰਡੀ ਨਿਕਲਦੀ ਆ, ਹੋਰ ਕਦੀ ਦੇਖਿਆ ਵਾ? ਗੋਭੀ ਚੋਂ ਡਰੈਗਨ ਨਿਕਲਿਆ ਵਾ, ਗੋਭੀ ਚੋਂ ਮਗਰਮੱਛ ਨਿਕਲ ਕੇ ਜਾ ਰਿਹਾ ਵਾ। ਉਹ ਇੱਕ ਅੱਧੀ ਸੁੰਡੀ ਆ ਹੀ ਜਾਂਦੀ ਆ, ਉਹਨਾਂ ਨੇ ਵੀ ਤਾਂ ਇੱਥੋਂ ਹੀ ਖਾਣਾ ਵਾ, ਉਹਨਾਂ ਦੀਆਂ ਕਿਹੜਾ ਲੂਮਾਂ ਚੱਲਣ ਦਈਆਂ। ਵੀਰੇ ਨਹੀਂ ਸੁੰਡੀ ਵਾਲੀ ਨਹੀਂ ਅਸੀਂ ਲੈਣੀ। ਵੀਰੇ ਮੇਰੀ ਗੱਲ ਸੁਣ ਲੈ, ਇਹ ਤੇਰੇ ਜਿਹੜੇ ਪਰਾਹੁਣੇ ਆ ਰਹੇ ਆ ਨਾ ਬਾਹਰੋਂ, ਉਹਨਾਂ ਨੂੰ ਆ ਸਬਜ਼ੀ ਨਹੀਂ ਸਮਝ ਆਉਣੀ, ਉਹਨਾਂ ਵਾਸਤੇ ਸੋਹਣੇ ਪਕਾ ਜਾ ਕੇ ਆਲੂ ਬਾਂਦਰ ਹੈ, ਆਲੂ ਰਿੱਛ ਕੁੱਤਾ ਫਰਾਈ ਕਰ ਲੈ, ਸਬਜ਼ੀ ਕੋਈ ਸਮਝ ਨਹੀਂ ਆਉਣ ਦੀ ਤੁਹਾਡੇ? ਪਤਾ ਨਹੀਂ ਮੈਂ ਪਾਗਲ ਵਾਂ। ਵੀਰੇ ਦੇ ਗੁੱਸਾ ਨਾ ਕਰ, ਆਰਡਰ ਵੱਡਾ ਵਾਣਾ। ਓਏ ਆਰਡਰ ਕੋਈ ਕਰਾ ਵੀ ਤੇ ਸਹੀ, ਚੰਗਾ ਤੂੰ ਸਾਡਾ ਦਿਮਾਗ ਖਾਣ ਆ ਗਈ ਆ। ਗੱਲ ਸੁਣ ਵੀਰੇ, ਲੜਨਾ ਮੈਂ ਤੁਹਾਨੂੰ ਬਾਅਦ ਚੋਂ ਗੱਲ ਕਰਦੀ, ਮੈਂ ਆਪੇ ਲੈ ਆਂਦੀ, ਇਹਨਾਂ ਨੇ ਤੇ ਕਹੀ ਜਾਣਾ ਵਾ। ਚੱਲ ਤੂੰ ਨਾ ਇੰਜ ਕਰ, ਆ ਸ਼ਲਜਮ ਕਰ ਦੇ ਕਿਲੋ ਮੈਨੂੰ, ਫੇਰ ਇੱਕ ਵਾਰੀ ਪੁੱਛ ਲੈ। ਨਹੀਂ ਨਹੀਂ ਆਪਾਂ ਨੇ ਆਪ ਹੀ ਬਣਾ ਲੈਣੀ। ਦੇਖੀ ਮੈਸੇਜ ਕਰਕੇ ਨਾ ਕਹਿ ਦੇਵੇ ਕਿਤੇ ਕਾਲ ਤੇ ਬੰਦ ਹੋ ਗਈ ਹੈ ਤੁਹਾਡੀ। ਮੈਂ ਸੁਣਨੀ ਨਹੀਂ ਇਹਨਾਂ ਦੀ। ਲੈ ਆ ਹੋ ਗਏ ਸ਼ਲਜਮ ਹੋ ਗਏ ਕਿਲੋ। ਆ ਨਾ ਸ਼ਿਮਲਾ ਮਿਰਚੀ ਕਰ ਦੇ ਕਿਲੋ। ਸ਼ਿਮਲਾ ਮਿਰਚਾਂ ਵੀ ਹੋ ਗਈਆਂ। ਆ ਹੋਈ ਨਾ ਗੱਲ, ਪਤਾ ਨਹੀਂ ਉਹਦੇ ਸਿਰ 'ਤੇ ਇੱਟ ਵੱਜੀ ਹੋਈ ਆ, ਅਜਿਹੋ ਜਿਹੀ ਛਾਪ ਰਹੇ। ਮੈਨੂੰ ਤੇ ਇਹ ਨਹੀਂ ਸਮਝ ਲੱਗਣ ਦੇ ਵੀ ਤੂੰ ਕਿਹੋ ਜਿਹੇ ਬੰਦੇ ਦੇ ਨਾਲ ਗੁਜ਼ਾਰਾ ਕਰਨ ਨਹੀਂ ਆ, ਉਹਨੇ ਤੈਨੂੰ ਕਿੱਦਾਂ ਰੱਖ ਲਿਆ? ਮਿੰਟ ਬਾਅਦ ਉਹ ਆਈਟਮ ਚੇਂਜ ਕਰਾ ਲੈਂਦਾ ਵਾ। ਦਿਓ ਜੀ ਹੋਰ। ਵੀਰੇ ਆ ਕਰੇਲੇ ਵੀ ਕਰ ਦੇ ਕਿਲੋ। ਤਰੇ ਤੇ ਰੱਖ ਕਰੇਲਾ, ਮੇਰੇ ਨਾਸਾਂ 'ਚ ਦੇਣਾ ਵਾ ਕਰੇਲਾ? ਏਦਾਂ ਕਹਿ ਵੀ ਆ ਕਰੇਲੇ ਕਰ ਦਿਓ। ਇਹ ਸ਼ਕਲ ਕਿੰਨੀ ਰਲਦੀ ਆ। ਤੁਸੀਂ ਨਾ ਗਾਹਕ ਹੋ, ਮੈਂ ਤਾਂ ਨਹੀਂ ਤੁਹਾਨੂੰ ਕੁਛ ਕਹਿਣ ਦੇ ਆ। ਕਰੇਲੇ ਕਿੰਨੇ ਕਰਨੇ ਆ? ਕਿਲੋ ਕਰਦੇ। ਚਲੋ ਸ਼ੁਕਰ ਆ ਕਿਸੇ ਪਾਸੇ ਤੇ ਆਏ ਹੋ। ਦੇਖਿਆ ਅੱਬਾ ਮੈਂ ਕਹਿਣਾ ਸੀਗਾ ਨਾ ਆ ਜਾਣਾ ਵਾ ਗਾਹਕ, ਗੱਲਾਂ ਨੇ ਭੇਜ ਦੇਣਾ, ਤੂੰ ਐਵੇਂ ਟੈਨਸ਼ਨ ਲਈ ਜਾਂਦਾ ਸੀਗਾ ਸਵੇਰ ਦੀ। ਆ ਬਤਾਉ ਵੀ ਕਰ। ਬਤਾਉ ਵੀ ਕਰ ਦਿੰਦੇ ਆ ਬਾਜੀ, ਤੇਰੀ ਤੇ ਆਪਣੀ ਸ਼ਕਲ ਬਤਾਉ ਵਰਗੀ ਆ, ਤੈਨੂੰ ਵੈਸੇ ਇਹਦੀ ਕਾਹਦੀ ਲੋੜ ਪੈ ਗਈ। ਚਲੋ ਕਹਿੰਦੇ ਤੇ ਕਰ ਦਿੰਦੇ ਆ। ਲਓ ਜੀ ਕਿਲੋ ਬਤਾਉ ਹੋ ਗਏ। ਹੋਰ ਗਾਜਰਾਂ ਕਰਨੀਆਂ? ਹਾਂ ਹਾਂ ਗਾਜਰਾਂ ਵੀ ਕਰ। ਇਹ ਗਜਰੇਲੇ ਵਾਲੀਆਂ ਵਾ ਵੈਸੇ ਗਾਜਰਾਂ, ਤੂੰ ਸਿਹਤਮੰਦ ਦੇ ਗਾਜਰਾਂ। ਜੂਸ ਬਣਾਉਣਾ ਵਾ? ਆਹੋ ਪਿੱਛੇ ਨਿਆਣਾ ਗੱਲੇ ਝੱਤ ਮਾਰਨ ਦਿਆ ਵਾ। ਨਿੰਬੂ ਮਿਲ ਜਾਣਗੇ ਭਾਜੀ? ਕਿੱਡੇ ਕੁ ਵੱਡੇ ਹੈਗੇ ਆ ਜੀ, ਏਡੇ ਵੱਡੇ ਵਿਆਹ ਤੇ ਚਲਾਉਣੇ ਤੁਸੀਂ? ਵੀਰੇ ਟਿੰਡੇ ਟਿੰਡੇ ਕਰ।
ਇੱਕ ਕੋਫਤੇ ਟੈਪ ਬਣਾਵਾਂਗੇ ਆਪਾਂ ਟਿੰਡੇ ਆ ਨਿੱਕੇ ਨਿੱਕੇ ਪਾ ਕੋਫਤੇ ਕੋਫਤੇ ਲੱਗਣ ਅੱਛਾ ਆ ਤੇ ਕੋਫਤੇ ਦਾ ਪਿਓ ਲੱਗਦਾ ਪਿਆ ਉਹ ਦੇ ਕੋਫਤੇ ਦੀ ਪਰੇ ਅੰਮੀ ਵੀ ਪਈ ਆ ਅੱਛਾ ਚੱਲ ਕਰ ਪੈਕ ਆ ਲੈ ਕਿਲੋ ਹੋ ਗਏ ਵਾਧੂ ਦੇਣੇ ਆ ਤੈਨੂੰ ਮੈਂ ਵੱਧ ਦੇਣੇ ਆ ਕਿ ਚਲੋ ਸਵੇਰ ਸਵੇਰ ਦਾ ਟਾਈਮ ਆ ਬਿਸਮਿਲ੍ਲਾ ਕਰਨੀ ਆ ਚੰਗਾ ਗਾਹਕ ਆਇਆ ਆ ਵੀਰੇ ਆ ਤੁਹਾਡੇ ਟਿੰਡੇ ਹੋ ਗਏ हाँ। आ गाजरा हो गई आ शलजम हो गए आ शिमला मिर्च हो गई बताऊ हो गए आ करेले हो गए और सलाद वास्ते कुछ चाहिए वा कोई खीरा कोई प्याज हो गया कोई लसन प्याज टमाटर अदरक हरिया मिर्चा धनिया सोच नहीं पई सलाद भी बना ही लेंगे हाँ सलाद भी कर देने एक मिनट रुक फोन हाँ। सुन ला मैं हेलो हाँ जी है देख ले यार फिर तुसी नहीं मान देना चलो ठीक है मैं ते हुन ताबेदार हैगी मैं ते मननी मननी आ ठीक आ जाके बड़े पैसे बटाएगा पर वीरे किने मैं दस देना मुनासिब कर लूंगा मैं कोई नहीं टेंशन ना लो अपना कट करके ला देने आ नहीं गल ते सुन ले मैं क्या तुसी आए हो ना हुन सुबह सुबह दा टाइम आ तानू बाजार नालों रायत ही सौदा लावांगे 80 रुपए दसे असी 70 दे दे दियो 40 रुपए दी आ हो गई तुहाडी भैया ए टोटल करी जाइयो भाजी गाजर 100 दियां हो गईयां बीबी तू इंज कर अपने मेहमान नू ते बंदे नू उथे लै जा सलानी आलिया कोलों तुसी कुछ नहीं लैना हैगा दिमाग खराब करन आ गए मूलियां दे दे जा काम कर जाके तेरा तो अपना कैसा भिंडी जी आ गई लै लैनी छपची जा उ जानी तेरी एकात जाके दादा साहब जाके खा दाल रोटी और लड़ाई होर मैं उन्हें की कर लवा उन्हें मैं 3 पीस ला दवा गा के अपना